यह होगा कि औरतां प्रचार कर सकदियां के नहीं कर सकदियां, कि औरत नूं अधिकार है प्रचार करन दा के नहीं करन दा, कि एक औरत नूं परमेश्वर ने अधिकार दित्ता के नहीं दित्ता। हालेलुया। और जेड़े कहंदे कि औरतां नहीं प्रचार कर सकदियां, वो अपने हाथ करे खड़े करो। हालेलुया। जेड़े कहंदे आ औरतां नहीं प्रचार कर सकदियां, वो अपने हाथ खड़े करो। वी बच्चे के ऐसा लिखा भी औरत प्रचार नहीं कर सकती। जेड़े कहंदे भी कर सकदियां, वो अपने हाथ खड़े करो। हालेलुया। पढ़ो जे किसी लग गया ਪਰ ਨੂੰ ਉਸ ਨੂੰ ਕੋਈ ਇਤਰਾਜ਼ ਨਹੀਂ ਆ ਟੀਵੀ ਦਾ ਸੇਵਕ ਹੋਣ ਦਾ।
ਬਲੂਸ ਕੋਈ ਇਤਰਾਜ਼ ਨਹੀਂ ਕਰਦਾ ਕਿ ਟੀਵੀ ਜਿਹੜੀ ਆ ਪ੍ਰਚਾਰ ਨਹੀਂ ਕਰ ਸਕਦੀ ਇਹ ਉਹਨਾਂ ਟੀਵੀਆਂ ਨੂੰ ਕਹਿ ਰਿਹਾ ਜਿਨ੍ਹਾਂ ਨੂੰ ਬੋਲਣ ਦੀ ਸਮਝ ਨਹੀਂ ਹੈਗੀ ਹਾਲੇਲੂਯਾ ਜਿਨ੍ਹਾਂ ਨੂੰ ਬੋਲਣ ਦੀ ਸਮਝ ਨਹੀਂ ਹੈਗੀ ਅਸੀਂ ਕਈ ਵਾਰ ਕਹਿੰਦੇ ਹਾਂ ਸੰਤ ਬਲੂਸ ਨੇ ਤੇ ਇਦਾਂ ਲਿਖਿਆ ਸੰਤ ਪੌਲਸ ਨੇ ਇਦਾਂ ਲਿਖਿਆ ਕਿ ਟੀਵੀ ਪ੍ਰਚਾਰ ਨਹੀਂ ਕਰ ਸਕਦੀ ਟੀਵੀ ਸੇਵਕ ਨਹੀਂ ਹੋ ਸਕਦੀ ਟੀਵੀ ਆ ਨਹੀਂ ਕਰ ਸਕਦੀ ਟੀਵੀ ਜੇ ਨਹੀਂ ਕਰ ਸਕਦੀ ਕਿਉਂ ਨਹੀਂ ਕਰ ਸਕਦੀ ਹਾਲੇਲੂਯਾ ਮਨੇ ਸਾਰਨਾ ਯਿਸੂ ਮਸੀਹ ਨੂੰ ਵੇਖਣ ਵਾਲੀ ਹੈ ਇੱਕ ਵਚਨ ਲਈ ਪੜੀਏ ਮੱਤੀ 28 ਦੀ ਸ਼ੁਰੂ ਤੋਂ ਮੱਤੀ 28 ਦੀ ਸ਼ੁਰੂ ਤੋਂ मरदा ऐसे वेखण मनेरे उठे मर्द कौन आया वेखण दो औरतां मरियम ते मरियम मगदलीनी ते थूट ने इन्हां नूं कहा कहिंदा ना डरो जिन्नू तुसी मुर्दियां च पालदे आ जो ओ की हो गया जिंदा हो गया है हालेलुया ਇਹਨਾਂ ਜਾ ਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਦੱਸ ਦੋ ਜਿੰਨਿਆਂ ਨੂੰ ਜਾ ਕੇ ਦੱਸ ਦੋ ਕਿ ਪ੍ਰਭੂ ਕੀ ਹੋ ਗਿਆ ਜਿੰਦਾ ਹੋ ਗਿਆ ਕਿੰਨਾਂ ਨੂੰ ਪ੍ਰਚਾਰ ਕਰ ਲਿਆ ਕਿੰਨਾਂ ਨੂੰ ਸੁਨੇਹਾ ਦੇ ਲਿਆ ਇੱਕ ਔਰਤ ਨੂੰ ਫਿਰ ਸੰਤ ਬਲੂਸ ਨੂੰ ਕੀ ਇਤਰਾਜ਼ ਆ ਬਚਨ ਟੀਵੀ ਨਹੀਂ ਦੇ ਸਕਦੀ ਇੱਥੇ ਅਸੀਂ ਸੰਤ ਬਲੂਸ ਦੀ ਪਤਨੀ ਚ ਵੇਖਾਂਗੇ ਕਿ ਸੰਤ ਬਲੂਸ ਕਹਿ ਰਿਹਾ ਆ ਕਿ ਇੱਕ ਟੀਵੀ ਸੇਵਕ ਹੋ ਸਕਦੀ ਆ ਬਚਨ ਵੇਖਾਂਗੇ ਰੋਮੀਆਂ 16 ਦੀ ਸ਼ੁਰੂ ਤੋਂ ਰੋਮੀਆਂ 16 ਦੀ ਸ਼ੁਰੂ ਤੋਂ ਛੇਤੀ ਛੇਤੀ ਪੜੀਏ ਮੈਂ ਤੁਹਾਨੂੰ ਬੀਬੀ ਦਾ ਸੌਂਕਣਾ ਕਰਦਾ ਕਹਿੰਦਾ ਮੈਂ ਤੁਹਾਨੂੰ ਬੀਬੀ ਦਾ ਇਹ ਬੀਬੀ ਕੌਣ ਆ ਜੇ ਸੰਤ ਬਲੂਸ ਨੂੰ ਉਤਰਾਤ ਸੀ ਵੀ ਇੱਕ ਔਰਤ ਪ੍ਰਚਾਰ ਨਹੀਂ ਕਰ ਸਕਦੀ ਫਿਰ ਇਹ ਬੀਬੀ ਕੌਣ ਆ ਇਹ ਸੰਤ ਬਲੂਸ ਕਿਹੜੀ ਬੀਬੀ ਦੀ ਗੱਲ ਕਰ ਰਿਹਾ ਆ ਇਹ ਇੱਕ ਔਰਤ ਸੀ ਪੜੀਏ ਜਿਹੜੀ ਸਾਡੀ ਭੈਣ ਹੈ ਤੇ ਉਹ ਕਲੀਸਿਆ ਦੀ ਕਹਿੰਦਾ ਜਿਹੜੀ ਸਾਡੀ ਭੈਣ ਤੇ ਇਹ ਕਲੀਸਿਆ ਦੀ ਕੀ ਆ ਦੀ ਸੇਵਕਾ ਆ ਇਹ ਕੀ ਆ ਸੇਵਕਾ ਆ ਬੀਬੀ ਕੌਣ ਆ ਧੀ ਆ ਸੇਵਕਾ ਆ ਕਲੀਸਿਆ ਦੀ ਇੱਕ ਪਾਸਟਰ ਆ ਇੱਕ ਸੇਵਕ ਆ ਇੱਥੇ ਸੰਤ ਬਲੂਸ ਬੇਇੱਜ਼ਤੀ ਕਰ ਰਿਹਾ ਮਿੱਤ ਕਰ ਰਿਹਾ ਹਾਂਜੀ ਸੇਵਿਕਾ ਹੈ ਜੋ ਕੰਖਰੀਆ ਵਿੱਚ ਹੈ ਭਈ ਤੁਸੀਂ ਉਹ ਦਾ ਪ੍ਰਭੂ ਵਿੱਚ ਆਦਰ ਪਾਓ ਕਰੋ ਕੀ ਕਰੋ ਉਹਦਾ ਪ੍ਰਭੂ ਵਿੱਚ ਆਦਰ ਪਾਓ ਕਰੋ ਇੱਥੇ ਵਚਨ ਦੱਸ ਰਿਹਾ ਕਹਿੰਦਾ ਇੱਕ ਸੇਵਕਾ ਦਾ ਤੁਸੀਂ ਕੀ ਕਰੋ ਆਦਰ ਪਾਓ ਕਰੋ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਟੀਵੀ ਪ੍ਰਚਾਰ ਨਹੀਂ ਕਰ ਸਕਦੀ ਟੀਵੀ ਪਾਸਟ ਨਹੀਂ ਹੋ ਸਕਦੀ ਔਰਤ ਪਾਸਟ ਨਹੀਂ ਬਣ ਸਕਦੀ ਕਿੱਦਾਂ ਕਹਿ ਸਕਦੇ ਆ ਇੱਥੇ ਤੇ ਸੰਤ ਬਲੂਸ ਖੁਦ ਕਹਿ ਗਿਆ ਆ ਕਹਿੰਦਾ ਇਹਦਾ ਆਦਰ ਪਾਓ ਕਰੋ ਕਿਉਂਕਿ ਇਹ ਸੇਵਕ ਆ ਕਿੰਨੇ ਥਾਂ ਤੇ ਪ੍ਰਚਾਰ ਕੀਤਾ ਔਰਤਾਂ ਨੇ ਜਦੋਂ ਖੂਹ ਦੇ ਉੱਤੇ ਪ੍ਰਭੂ ਨੂੰ ਪਿਆਸ ਲੱਗੀ ਜੇ ਖੂਹ ਤੇ ਗਿਆ ਤੇ ਉੱਥੇ ਇੱਕ ਔਰਤ ਵੇਖੀ ਸਾਮਰੀਆ ਦੀ ਧੀ ਸਾਮਰੀਆ ਦੇ ਵਿੱਚ ਉਹਨੇ ਕਿਹਾ ਹੇ ਬੀਬੀ ਤੂੰ ਮੈਨੂੰ ਵਟਪੀਨ ਪਾਣੀ ਦੇ ਉਹਨੇ ਕਿਹਾ ਤੂੰ ਜਹੂਦੀ ਹੋ ਕੇ ਸਾਡੇ ਤੋਂ ਪਾਣੀ ਕਿਉਂ ਮੰਗਦਾ ਹੈ ਇਹਨਾਂ ਜੇ ਤੂੰ ਮੇਰੇ ਕੋਲ ਮੰਗਦੀ ਤੇ ਮੈਂ ਤੈਨੂੰ ਉਹ ਜਲ ਮਿਲਦਾ ਜਦੋਂ ਤੀਜੀ ਕੇ ਕਦੇ ਵੀ ਧਿਆਈ ਨਾ ਰਹਿੰਦੀ ਤੇ ਜਦੋਂ ਪਰਮੇਸ਼ੁਰ ਨੇ ਇਹਦੇ ਸਾਰੇ ਦਿਲ ਦੀਆਂ ਗੱਲਾਂ ਨੂੰ ਦੱਸ ਦਿੱਤੀਆਂ ਤੇ ਇਹਨੇ ਜਾ ਕੇ ਪਿੰਡ ਵਿੱਚ ਕੀ ਪਾਤਾ ਰੌਲਾ ਪਾਤਾ ਇੱਕ ਇੱਕ ਵਚਨ ਵੇਖੀਏ ਯਹੂਨਾ ਦੀ ਅੰਜੀਲ 4 ਦੀ 28 ਵਚਨ ਵੇਖੀਏ ਯਹੂਨਾ ਦੀ ਅੰਜੀਲ 4 ਦੀ 28 ਕੋਈ ਵਧੀਆ ਸਪਾਈਟ ਬਣਨ ਵਾਲਾ
ਵਧੀਆ ਤਰੀਕੇ ਨਾਲ ਪ੍ਰਮੋਟ ਕਰ ਸਾਨੂੰ ਵਾਲਿਆਂ ਨੂੰ ਪਤਾ ਲੱਗੇ ਪੈਦਾ ਨਹੀਂ ਹੋਇਆ ਸ਼ੈਤਾਨ ਨੇ ਕਿਹਨੂੰ ਚੁਣਿਆ ਔਰਤ ਨੂੰ
प्रभु ने किन्हों चुनिया? मरियम कौन सी? मरियम कौन सी? और तुसी ना किन्हा के शैतान है, तू औरत नु चुन के पाप ले आ सकदा धरती ते, मैं औरत नु चुन के ओदे सर्व दे विचों पैदा होके धरती ते मेरे को तू ले आ सकदा। हालेलुया, क्योंकि प्रभु इन्हें के और को प्यार नहीं करता, इन्हें के मतलब प्यार नहीं करता, परमेश्वर की खुदिया प्यार करता है। हर काम में आज औरतें गाड़ी है, गाड़ी है कि नहीं? औरतें जहाज चला रही हैं, चला रही हैं कि नहीं? हर काम औरतें करती हैं, फिर प्रभु का काम क्यों नहीं कर सकती? क्यों नहीं कर सकती? कर सकती ना प्रभु का काम, क्योंकि हर काम औरत गाड़ी है, दान दान देने दे औरत अगे आ गई है। भाई दस रुपये दान पा लगना, 20 रुपये जेब चा हाथ मार के, फिर देख के फिर जेब च बहना सामान पौगा पीवे। पर औरतों ने जो दान करना ना उन्हें कर देना है, तो इसी देखियो दान जो बहुत है ना, औरतें दान कौन भी है बंदे का दिल कौन कौन करेगा, पर औरत का दिल कौन कौन करेगा नहीं। जो दान पेटी के दान पा रहे थे, एक औरत ने दान पाया तो दो दमड़िया से, तो उन्हें दोनों दमड़िया उस पेटी के दान। प्रभु ने कहा इन्हें भैन ने सब तो ज्यादा दान, हालेलुया, सब तो ज्यादा दान पाया। भाई हूँ एन झाती मार औरतों का नहीं पता है, हालेलुया। ਕਿੰਨਾ ਨੇ ਜ਼ਿੰਦਗੀ ਜਾਂਦੀ ਆ, ਔਰਤਾਂ ਨੇ ਕਿ ਮਰਦਾਂ ਨੇ, ਤੇ ਫਿਰ ਔਰਤਾਂ ਕਿਉਂ ਨਹੀਂ ਕਰ ਸਕਦੀਆਂ, ਪ੍ਰਚਾਰ ਕਿਉਂ ਨਹੀਂ ਕਰ ਸਕਦੀਆਂ, ਸੰਦੇਸ਼ ਕਿਉਂ ਨਹੀਂ ਦੇ ਸਕਦੀਆਂ? ਕਹਿੰਦਾ ਉਹ ਕਦੀ ਸੀ ਜਿਹਨੇ ਬਲਿਆਮ ਨੂੰ ਅਕਲ ਦਿੱਤੀ, ਉਹ ਕਦਾ ਨਹੀਂ ਸੀ, ਕੀ ਸੀ ਉਹ? ਕਦੀ ਸੀ ਜਿਹਨੇ ਬਲਿਆਮ ਨੂੰ ਅਕਲ ਦਿੱਤੀ। ਕਹਿੰਦਾ ਮਛਲੀ ਸੀ ਜਿਹਨੇ ਚੁਣਾ ਨੂੰ ਸਿੱਧੇ ਰਸਤੇ ਪਾਇਆ, ਮਸਲਾ ਨਹੀਂ ਸੀ। ਕਹਿੰਦਾ ਉਹ ਕਬੂਤਰੀ ਸੀ ਜਿਹਨੇ ਨੌ ਨੇ ਛੱਡੀ, ਉਹ ਕਬੂਤਰ ਨਹੀਂ ਸੀ। ਹਰ ਕੰਮ ਚ ਉਹਨੇ ਔਰਤ ਨੂੰ ਚੁਣਿਆ, ਹਾਲੇਲੂਯਾ, ਹਾਲੇਲੂਯਾ। ਜੇ ਮਰਦ ਪ੍ਰਚਾਰ ਕਰ ਸਕਦੇ ਨਾ, ਔਰਤ ਵੀ ਪ੍ਰਚਾਰ ਕਰ ਸਕਦੀ। ਕਿੰਨੇ ਲੋਕ ਸਹਿਮਤ? सब कुछ परमेश्वर ने तेन उधर भी उत्पत्ति पानी के पढ़ाया। परमेश्वर ने जो आदम ते हवा का नाम रखिया, उन्हें क्या हवा जिर्मिया कत्ती दी बाई वचन, जिर्मिया कत्ती दी बाई वचन। हां जी, तू कद ठीक आवारा फिरेगी, हे फिरतू दिए, क्यों जो यहोवा ने
ਧਰਤੀ ਉੱਤੇ ਇੱਕ ਨਵੀਂ ਚੀਜ਼ ਉਤਪਤ ਕੀਤੀ ਹੈ। ਕਈ ਤੀਵੀ ਬੰਦ ਨੂੰ ਘੇਰ ਲਵੇ। ਹਾਲੇਲੂਇਆ ਹਾਲੇਲੂਇਆ। ਕਹਿੰਦਾ ਧਰਤੀ ਤੇ ਉਹਨੇ ਇੱਕ ਚੀਜ਼ ਉਤਪਤ ਕੀਤੀ ਹੈ, ਤੀਵੀ ਮਰਦ ਦੀ ਕੀ ਕਰੇਗੀ? ਰੱਖਿਆ ਕਰੇਗੀ। ਤੀਵੀ ਮਰਦ ਦੀ ਰੱਖਿਆ ਕਰੇਗੀ। ਅੱਜ ਜਦੋਂ ਸ਼ਾਦੀ ਹੁੰਦੀ ਆ, ਮਰਦ ਦੀ ਉਮਰ ਕੀ ਹੁੰਦੀ ਆ? ਘੱਟ ਹੁੰਦੀ ਹੈ ਕਿ ਜ਼ਿਆਦਾ? ਹਾਂਜੀ, ਮਰਦ ਦੀ ਉਮਰ ਜ਼ਿਆਦਾ ਹੁੰਦੀ ਆ ਤੇ ਔਰਤ ਦੀ ਉਮਰ ਘੱਟ ਹੁੰਦੀ ਆ। ਇੱਥੇ ਬੱਚੇ ਨੇ ਕਹਿ ਰਿਹਾ ਕਿ ਤੀਵੀ ਮਰਦ ਦੀ ਰੱਖਿਆ ਕਰੇ। मतलब मर्द की की करेगी? रखिया करेगी। अज बंदा पता क्यों बंदे की उम्र ज्यादा होती है, तीवी घट होंगे खादे लिए? क्योंकि मर्द की गल सकती है किस तरह रखा करती है। बेशक बच्चे उसका साथ छोड़ देते, बच्चे नहीं सामते, नौवां नहीं सामदिया, पर एक तीवी अपने पति को संभालती और जिदा का मर्जी। हालेलुया। एक तीवी अपने पति ने पति बीमार हो गया या कुछ भी हो गया, जो मंजे तो उठ ना जाता हो, नौ नहीं सामेगी तो उस नहीं सामेगा, पर एक तीवी अपने पति को संभालेगी। वह किसी तरह की भी हो, किसी भी हालत के बच्च हो, क्यों? क्योंकि प्रभु का वचन है। ਕਹਿੰਦਾ ਤੀਵੀ ਮਰਦ ਦੀ ਕੀ ਕਰੇਗੀ? ਰੱਖਿਆ ਕਰੇਗੀ। ਜੇ ਹਿੰਦੀ ਚ ਪੜ੍ਹਦੇ ਕਹਿੰਦਾ ਹੇ ਭਟਕਣੇ ਵਾਲੇ ਕੰਨਿਆ, ਕਹਿੰਦਾ ਭਟਕਣੇ ਵਾਲੀ ਕੰਨਿਆ, ਕਹਿੰਦਾ ਇੱਕ ਦਿਨ ਸਮਾਂ ਆਏਗਾ ਤੂੰ ਮਰਦ ਦੀ ਕੀ ਕਰੇਗੀ? ਰੱਖਿਆ ਕਰੇਗੀ। ਅੱਜ ਪ੍ਰਭੂ ਨੇ ਅਧਿਕਾਰ ਦਿੱਤਾ ਆ ਤੁਹਾਨੂੰ ਵਚਨ ਸੁਣਾਉਣ ਦਾ, ਪ੍ਰਭੂ ਨੇ ਅਧਿਕਾਰ ਦਿੱਤਾ ਆ ਤੁਹਾਡੇ ਕੋਲ ਆਪਣਾ ਕੰਮ ਲੈਣ ਦਾ। ਅੱਜ ਮੇਰੇ ਭੈਣ ਤੇ ਭਰਾਓ, ਕੋਈ ਵੀ ਹੋਵੇ, ਭਾਵੇਂ ਉਹ ਔਰਤ ਹੋਵੇ ਭਾਵੇਂ ਉਹ ਮਰਦ ਹੋਵੇ, ਪਰਮੇਸ਼ੁਰ ਦੇ ਗੁਣਾਂ ਦਾ ਪ੍ਰਚਾਰ ਕਰ ਸਕਦਾ ਹੈ, ਪਰਮੇਸ਼ੁਰ ਦੀ ਆਰਾਧਨਾ ਕਰ ਸਕਦਾ, ਪਰਮੇਸ਼ੁਰ ਦੀ ਬੇਨਤੀ ਕਰ ਸਕਦਾ ਹੈ। ਕਿਉਂਕਿ ਪਰਮੇਸ਼ੁਰ ਨੇ ਕੋਈ ਭੇਦ ਭੇਦ ਨਹੀਂ ਰੱਖਿਆ, ਕੋਈ ਪੱਖਪਾਤ ਨਹੀਂ ਰੱਖਿਆ। ਪਰਮੇਸ਼ੁਰ ਚਾਹੁੰਦਾ ਸਭ ਲੋਕ ਜਾਏ ਜਾਣ ਤੇ ਸੱਤ ਦੇ ਗਿਆਨ ਇੱਕ ਆਉਣ ਦਾ, ਪਰਮੇਸ਼ੁਰ ਸਾਨੂੰ ਸੱਤ ਦੇ ਗਿਆਨ ਵੀ ਰੱਖਣਾ ਚਾਹੁੰਦਾ। ਅਸੀਂ ਰਲ ਮਿਲ ਕੇ ਪਰਮੇਸ਼ੁਰ ਦੀ ਆਰਾਧਨਾ ਕਰ ਸਕਦੇ ਹਾਂ, ਬੰਦਗੀ ਕਰ ਸਕਦੇ, ਉਹਦੇ ਗੁਣਾਂ ਦਾ ਪ੍ਰਚਾਰ ਕਰ ਸਕਦੇ ਹਾਂ, ਕਿਉਂਕਿ ਅਸੀਂ ਉਹਦੇ ਗਵਾਹ ਹਾਂ। ਹਰ ਬੰਦਾ ਉਹਦਾ ਗਵਾਹ ਹੈ, ਹਰ ਜਨ ਉਹਦਾ ਗਵਾਹ ਹੈ। ਸੰਤ ਕੋਲੋਂ ਕੋਈ ਇਤਰਾਜ ਨਹੀਂ ਆ ਔਰਤ ਦੇ ਪ੍ਰਚਾਰ ਕਰਨ, ਪਰ ਇਹ ਉਹਨਾਂ ਔਰਤਾਂ ਦੀ ਗੱਲ ਹੋ ਰਹੀ ਹੈ। ਹੋ ਸਕਦਾ ਉਸ ਕਲੀਸਿਯਾ ਦੇ ਵਿੱਚ ਕੋਈ ਇਹੋ ਜਿਹੀਆਂ ਭੈਣਾਂ ਹੋਣ ਜਿਹਨਾਂ ਨੂੰ ਬੋਲਣ ਦੀ ਮਾਸਾ ਅਕਲ ਨਾ ਹੋਵੇ, ਜਿਹਨਾਂ ਨੂੰ ਬੋਲਣ ਦੀ ਤਮੀਜ਼ ਨਾ ਹੋਵੇ। ਬੇਸ਼ੱਕ ਸੰਤ ਕਲੂਸ ਨੇ ਉਹਨਾਂ ਨੂੰ ਇਹ ਗੱਲ ਆਖੀ ਹੈ। ਅਸੀਂ ਸੋਚਦੇ ਸਾਰੀਆਂ ਤੀਵੀਆਂ ਨੂੰ ਕਹਿਤਾ ਕਿ ਪ੍ਰਚਾਰ ਨਹੀਂ ਕਰਨਾ, ਜੇ ਸਾਰੀਆਂ ਤੀਵੀਆਂ ਨੂੰ ਕਹਿੰਦਾ ਤੇ ਇਹ ਰੋਮੀਆਂ 16 ਦੇ ਵਿੱਚ ਸੰਤ ਪੌਲਸ ਨੇ ਕਦੇ ਵੀ ਨਹੀਂ ਸੀ ਕਹਿਣਾ ਕਿ ਤੁਸੀਂ ਬੀਬੀ ਦੀ ਕੀ ਕਰੋ, ਆਦਰ ਇੱਜ਼ਤ ਕਰੋ। ਉਹ ਇੱਕ ਸੇਵਕਾ ਆ, ਉਹ ਇੱਕ ਪਾਸਟਰ ਆ, ਕਿਉਂਕਿ ਸੰਤ ਪੌਲਸ ਨੂੰ ਕੋਈ ਇਤਰਾਜ਼ ਨਹੀਂ ਆ। ਜ਼ਿਆਦਾਤਰ ਲੋਕ ਇਹ ਚੀਜ਼ ਤਿਆਰ ਕਰਦੇ ਆ, ਲੈ ਸੰਤ ਪੌਲਸ ਨੇ ਏਦਾਂ ਲਿਖਿਆ ਆ, ਜੇ ਇੱਕ ਬੰਦਾ ਗਲਤੀ ਕਰ ਦੋ ਤੇ ਉਹਦੀ ਸਜ਼ਾ ਸਾਰਿਆਂ ਨੂੰ ਮਿਲਦੀ। ਹੁਣ ਮੰਨ ਲਓ ਘਰ ਦੇ ਵਿੱਚ
एक बेटा चोर आ सारे चोर नहीं आखिया जाता आखिया जाता है जो तीन पुत्र हो रहा है चार पुत्र हो रहा है सारे कह मेरे सारे पुत्र ही चोर आ जो एक चोर आ चोर एक ने गलती करती है जो मतलब यह नहीं कि एक औरत ने प्रचार करती है कि एक औरत ने नहीं प्रचार प्रचार किया एक प्रचारक से क्योंकि परमेश्वर साडे को भी काम लेना चाहिए अज मेरे भैन से भैन से भाओ औरत कभी रोटियां पकाने वास्ते नहीं है औरत कभी भांडे मांजने वास्ते नहीं है औरत प्रभु का भी काम कर सकती हालेलुया एक भैन हो सकता अपना घर खाना बचा सकती एक भैन अपना परिवार बचा सकती अपने रिश्तेदारों को बचा सकती जे हो गए प्रभु विच जे प्रभु विच नहीं आ कुछ नहीं है अजे तुसी बड़िया वेखी होंगे भैन उन्होंने अपने रिश्तेदार की उदो एवं गल पता लगता उधर कदर पता लगती है जो रिश्तेदार चल जाता वेख्या ना कई भैन दूर हो भरा मर गया दूर हो गया मैनू कमर चला दे मैं उदो कहते कहीं कमर च पैर वाली है मेरा प्यारा भरा मर गया जो लोड़ी उदो आई नहीं जो लोड़ी उदो समझाया नहीं हम कबर च पैना भी मगर मास्ते अथरू रोना अज जरूरत है कहना मरे हुए भी ना रवो ना मातम करो उन्होंने रवो जे नरक चुने जा रहे अज रोन की लड़ है उन्होंने वास्ते जे नरक चुने जा रहे अज जरूरत है अज जरूरत है तू खिंच के बचा पर असी अज उठे नहीं असि खड़े नहीं हुए ना बचाने का जतन किया अज एक औरत ने फर्ज नहीं निभाया अज एक मां ने फर्ज नहीं निभाया अज एक भैन ने फर्ज नहीं निभाया अज एक धी ने फर्ज नहीं निभाया धी भी गाली जाऊंगी टैर जाऊंगी जी सारा दिन मोबाइल पर नहीं उतरती हले लिया धी गाली जाऊंगी और टैर जाऊंगी जिन्हें प्यो ने समझाया ही नहीं और प्यार नहीं मोबाइल दिया और नहीं कर सकते भूत नहीं कर सकते
ਤੇ ਡੁੱਬੀ ਆ ਨਾਲ ਪਰਪਾਂ ਨੂੰ ਵੀ ਡੋਬਦੀ ਆ। ਕਹਿੰਦਾ ਨਾ ਜਿੱਦਾਂ ਨਹੀਂ ਕੋਕੋ ਉਹਨਾਂ ਦੇ ਵੀ ਹੁੰਦੇ ਨੇ ਮਾਰਦੇ ਨੇ ਲਵੇ ਆ ਮਾਂ ਕਈ ਯਾਰ ਮੈਂ ਵੇਖਿਆ ਮੈਂ ਨਾ ਕਈ ਯਾਰ ਇਹ ਚੁੱਪ ਕੀਤੀ ਜਿਹਨਾਂ ਨਾਲ ਚੱਲ ਜਾਈਏ ਨਾ ਟੈਲੀਵਿਜ਼ਨ ਲੱਗਾ ਹੋਵੇ ਤੇ ਮਾਂ ਵੇਖਣੀ ਹੋਵੇ ਉਹ ਉੱਪਰ ਇੱਕ ਸੌ ਨੂੰ ਕਿਤੇ ਖੜੀ ਹੋਏਗੀ ਤੇ ਜਦੋਂ ਵਾਟਰ ਕੱਢੇਗਾ ਨਾ ਮਰ ਜੇ ਤਾਂ ਮੈਂ ਕਿਹਾ ਬੰਦ ਨਹੀਂ ਕਰ ਸਕਦਾ ਤੇ ਇਹਨਾਂ ਨੂੰ ਰੋਕਣ ਨਹੀਂ ਉਹਦਾ ਵੀ ਤੂੰ ਘੈਂਟਾ ਹੋ ਗਿਆ ਵੇਖਣ ਦੀਆਂ ਤੇ ਹੁਣ ਵਾਟਰ ਆ ਕੇ ਤੂੰ ਰੋਕਣ ਡੈ ਪਈ ਆ ਇਹ ਕੀ ਆ ਕਿਹੜੀ ਸਿੱਖਿਆ ਆ ਗਿਆਨ ਬਿਨ ਪਰਜਾ ਨਾਸ਼ ਹੋ ਰਹੀ ਆ ਨਾਸ਼ ਹੋ ਰਹੀ ਪਰਮੇਸ਼ੁਰ ਨੇ ਤੁਹਾਨੂੰ ਚੁਣਿਆ ਆ ਪਰਮੇਸ਼ੁਰ ਚਾਹੁੰਦਾ ਤੁਸੀਂ ਮਰਦਾ ਅਸਤਰ ਦੀ ਤਰ੍ਹਾਂ ਕੰਮ ਕਰੋ ਪਰਮੇਸ਼ੁਰ ਚਾਹੁੰਦਾ ਆ ਤੁਸੀਂ ਉਹਦੇ ਗੁਣਾਂ ਦਾ ਪ੍ਰਚਾਰ ਕਰੋ ਪਰਮੇਸ਼ੁਰ ਚਾਹੁੰਦਾ ਆ ਇੱਕ ਰੂਪ ਬਣ ਕੇ ਹਾਲੇਲੂਇਆ ਹਾਲੇਲੂਇਆ ਇਹ ਬਣੇ ਆ ਰੂਪ ਨਹੀਂ ਬਣੇ ਭੂਤ ਬਣੇ ਆ ਕਿਉਂ एक धी के द्वारा घर घर बचाने मां प्यो बचा हमें प्रैक्टिकल करके परमेश्वर की कचूरी है ठीक है ਇਹ ਇੱਥੇ ਪ੍ਰੋਫੈਸਰ ਜੀ ਮੈਨੂੰ ਕੋਣਾ ਡਰੇ ਪਾਵੇ ਨਾ ਤੋਂ ਡਰੇ ਨਹੀਂ ਹੋਈ ਪਰ ਮੈਨੂੰ ਉਹ ਕੁੜੀਆਂ ਹੱਥ ਲੜਾ ਕੇ ਦੱਸਣ ਜਿਹੜੇ ਆਪਣੇ ਮਾਂ ਪਿਓ ਨੂੰ ਬਚਨ ਬਾਰੇ ਕਹਿੰਦੀਆਂ ਜਾਂ ਪ੍ਰਾਰਥਨਾ ਬਾਰੇ ਕਹਿੰਦੀਆਂ ਸੱਜੇ ਦਿਲ ਨਾਲ ਹੱਥ ਖੜਾ ਕਰਿਓ ਨਹੀਂ ਤੇ ਪ੍ਰਭੂ ਦੀ ਰਾਮ ਜਿਹੜੀ ਹੈ ਬੜੀ ਵੱਡੀ ਹੈ ਇੱਕੋ ਹੀ ਕੁੜੀ ਕੁੜੀਆਂ ਖੜੀਆਂ ਹੋਣਾ ਜਿੰਨੀਆਂ ਕੁੜੀਆਂ ਉਹ ਖੜੀਆਂ ਹੋਣਾ ਕਿ ਕਿੰਨੀਆਂ ਕੁੜੀਆਂ ਹੈ ਸਾਰੀਆਂ 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 ਜਿਹੜੀਆਂ ਕੁੜੀਆਂ ਲੜਕੀਆਂ ਹਜੇ ਵੀ ਜੇ ਕਿਸੇ ਨੂੰ ਸੁਣੀ ਤੇ ਲੜਕੀਆਂ ਦੀ ਗੱਲ ਹੋ ਗਈ ਆ ਜਿਹੜੀਆਂ ਲੜਕੀਆਂ ਹਾਲੇਲੂਇਆ ਆ ਆਲੇ ਪੰਡਾਲ ਭਰਿਆ ਦੇ ਹਾਲ ਦੀ ਕੋਈ ਇੱਕੋ ਕੁੜੀ ਨੇ ਨਾ ਕੀਤਾ ਬਾਕੀ ਕੀ ਜੋ ਆਲੇ ਲਿਆ ਆਲੇ ਲਿਆ ਨਾੜੇ ਜੋ ਕੋਈ ਕਹਿੰਦਾ ਆ ਮਾਂ ਘਰ ਨੂੰ ਕਹਿੰਦਾ ਅਤੇ ਪੜ ਨੂੰ ਕਹਿੰਦਾ ਕਦੀ ਕੋਈ ਸੁਣਾਈ ਹੈ ਤੇ ਕੋਈ ਆਪਣੇ ਮਾਂ ਪਿਓ ਨੂੰ ਦੱਸੋ ਕਹਿੰਦਾ ਹੈ ਭਟਕਣੇ ਵਾਲੀ ਕੰਨਿਆ ਅੱਜ ਕੀ ਆ ਅੱਜ ਅਸੀਂ ਗੁਣਾਂ ਦਾ ਪ੍ਰਚਾਰ ਕਰਨਾ ਭਟਕਣਾ ਨਹੀਂ ਆ ਅੱਜ ਅਸੀਂ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਗਵਾਹ ਬਣਨਾ ਆ ਤੁਹਾਨੂੰ ਪਤਾ ਇੱਕ ਬੱਚੀ ਨੂੰ ਅਗਵਾ ਕਰਕੇ ਲਿਆਂਦਾ ਗਿਆ ਸੀ ਉਹ ਛੋਟੀ ਬੱਚੀ ਆ ਹੋ ਸਕਦੀ ਹਾਲੇਲੂਇਆ ਹੋ ਸਕਦਾ ਬੱਚੀ ਨੂੰ ਅਸੀਂ ਗਵਾ ਕਰਕੇ ਚੋਰ ਆ ਹਾਲੇਲੂਇਆ ਅੱਜ ਕੀ ਆ ਡਾਕੂ ਇਸ ਬੱਚੀ ਨੂੰ ਗਵਾ ਕਰਕੇ ਲਿਆਂਦਾ ਹੈ ਹੋ ਸਕਦਾ ਇਹ ਚਪੇੜਾਂ ਮਾਰੀਆਂ ਹੋਣ ਇਹਨੂੰ ਟਾਰਚਰ ਕੀਤਾ ਹੈ ਤੇ ਇਹ ਸਮਝੇਗੀ ਕਿ ਨਹੀਂ ਸਮਝੇਗੀ ਕਿ ਨਹੀਂ
ਡਰੀ ਹੋਏਗੀ ਕਿ ਨਹੀਂ ਆਪਣੇ ਘਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਭੈਣ ਭਰਾਵਾਂ ਤੋਂ ਦੂਰ ਕਿਤੇ ਹੋਰ ਦੇਖ ਚੁੱਕੇ ਆ ਡਰੀ ਹੋ ਸਕਦੀ ਹੈ ਇਹ ਸਹਿਮੀ ਹੋਈ ਹੋ ਸਕਦੀ ਆ ਪਰ ਉਸ ਬੱਚੀ ਦੀ ਜ਼ਿੰਦਗੀ ਚ ਐਡਾ ਵੱਡਾ ਹੌਸਲਾ ਸੀ ਬੇਸ਼ੱਕ ਉਹ ਗਵਾਹ ਹੋ ਗਿਆ ਬੇਸ਼ੱਕ ਨੂੰ ਮਾਰਿਆ ਗਿਆ ਹੋਏਗਾ ਬੇਸ਼ੱਕ ਉਹ ਨੂੰ ਉਹਦੇ ਦੇਸ਼ ਤੋਂ ਹੋਰ ਕਿਸੇ ਦੇਸ਼ ਖੜਿਆ ਹੋਏਗਾ ਬੇਸ਼ੱਕ ਉਹ ਮਾਮਲੇ ਤੋਂ ਅਲੱਗ ਹੋ ਗਿਆ ਬੇਸ਼ੱਕ ਉਹ ਭੈਣ ਭਰਾਵਾਂ ਤੋਂ ਅਲੱਗ ਹੋ ਗਿਆ ਇੱਥੇ ਨੂੰ ਇਹਦੀ ਭੈਣ ਨਹੀਂ ਦੇਖ ਰਹੀ ਇੱਥੇ ਨੂੰ ਇਹਦੀ ਮਾਂ ਨਹੀਂ ਦੇਖ ਰਹੀ ਇੱਥੇ ਨੂੰ ਇਹਦਾ ਪਿਓ ਨਹੀਂ ਦੇਖ ਰਿਹਾ ਪਰ ਫਿਰ ਵੀ ਕੀ ਕਰ ਰਹੀ ਆ ਪਰਮੇਸ਼ੁਰ ਦਾ ਕੀ ਕਰ ਰਹੀ ਆ ਪ੍ਰਚਾਰ ਕਰ ਰਹੀ ਆ ਹਾਲੇਲੂਯਾ ਹਾਲੇਲੂਯਾ ਕਹਿੰਦੀ ਜੇ ਆ ਮੇਰਾ ਸੁਆਮੀ ਹਾਲੇਲੂਯਾ ਜੇ ਮੇਰੇ ਦੇਸ਼ ਵਿੱਚ ਹੁੰਦਾ ਤੇ ਇਹਦਾ ਕੋਰ ਕਦੇ ਦਾ ਹੀ ਕੀ ਕੀਤੀ ਇਹਨੇ ਹਾਲੇਲੂਯਾ ਕੀ ਦਿੱਤੀ ਆ ਕੀ ਦਿੱਤੀ ਆ कदे भी एक वचन नहीं दसना प्रभु आ कर सकता प्रभु एवं कर दिता प्रभु ने ऐसा कर दिता कद दसा आले लो या ਜਿਹੜੀ ਕੁੜੀ ਨੇ ਹੱਥ ਖੜਾ ਕੀਤਾ ਉਹਦੇ ਵਾਸਤੇ ਗਾਈਆਂ ਮਾਰੋ ਜਿਹੜੀਆਂ ਕੁੜੀਆਂ ਬੋਲ ਭਾਈ ਜੀ ਉੱਧਰ ਨੂੰ ਉਹਨਾਂ ਮਾਰੋ ਇਹਨਾਂ ਦੇ ਕਹਿ ਕੇ ਦੇਖਣ ਵੀ ਵਾਕਿਆ ਕਿੰਨਾ ਕੁ ਪ੍ਰਚਾਰ ਕਰ ਕਿੰਨਾ ਕੁ ਅਸੀਂ ਪ੍ਰਚਾਰ ਕਰਦੇ ਹਾਂ ਇੱਥੇ ਤੇ ਸੰਤ ਪਲੂਸ ਕਹਿ ਰਿਹਾ ਕਿ ਇਹ ਜਿਹੜੀ ਬੀਬੀ ਆ ਇਹਦਾ ਆਦਰ ਕਰੋ ਇੱਜ਼ਤ ਕਰੋ ਕਿਉਂਕਿ ਇਹ ਪਰਮੇਸ਼ਵਰ ਦੀ ਕੀ ਆ ਸੇਵਕ ਆਇਆ ਬਾਹਰ ਜਾ ਕੇ ਮੈਂ ਹੋਰ ਹੀ ਕੁਛ ਹੋਵਾਂ
ਕਿ ਪ੍ਰਭੂ ਮੈਨੂੰ ਸਵਰਗ ਲੈ ਜਾਏਗਾ। ਹਾਲੇਲੂਇਆ। ਪ੍ਰਭੂ ਨਹੀਂ ਕਰੇਗਾ, ਪ੍ਰਭੂ ਨਹੀਂ ਦੇਖੇਗਾ ਕਿ ਇਹ ਮੰਚ ਤੇ ਖਲੋ ਕੇ ਪ੍ਰਚਾਰ ਕਰਦਾ ਸੀ, ਪ੍ਰਭੂ ਨਹੀਂ ਦੇਖੇਗਾ ਕਿ ਮੰਚ ਤੇ ਖਲੋ ਬਖਸ਼ਿਸ਼ ਕਰਦਾ ਸੀ, ਪ੍ਰਭੂ ਨਹੀਂ ਦੇਖੇਗਾ। ਪ੍ਰਭੂ ਕਹੇਗਾ ਕਿ ਪ੍ਰਿਆਰ ਮੈਂ ਤੈਨੂੰ ਜਾਣਦਾ ਨਹੀਂ। ਹਾਲੇਲੂਇਆ। ਆਵਾਜ਼ ਕਿਤੇ ਸਾਡੇ ਵਾਸਤੇ ਨਾ ਉੱਠ ਜਾਏ ਕਿ ਪ੍ਰਭੂ ਕਹੇ ਹੇ ਪ੍ਰਿਆਰੋ ਮੈਂ ਤੁਹਾਨੂੰ ਜਾਣਦਾ, ਪ੍ਰਭੂ ਨੂੰ ਜਾਣੋਗੇ ਪ੍ਰਭੂ ਤੁਹਾਨੂੰ ਜਾਣੇਗਾ। ਜੇ ਅੱਜ ਤੁਸੀਂ ਇੱਕ ਰੂਹ ਬਚਾ ਲੈਂਦੇ ਹੈ ਨਾ, ਅੱਜ ਇੱਕ ਧੀ ਜੇ ਆਪਣੇ ਪਿਓ ਨੂੰ ਬਚਾ ਲੈਂਦੀ ਹੈ ਨਾ, ਉਹਨੂੰ ਸਿੱਧਾ ਮਾਰਗ ਦੱਸ ਦਿੰਦੇ ਆ ਤੇ ਉਹਦੇ ਹਜ਼ਾਰਾਂ ਪਾਪ ਟੱਗੇ ਛਾਣ ਗਏ। ਹਾਲੇਲੂਇਆ। ਇੱਕ ਧੀ ਨੇ ਇੱਕ ਪਿਓ ਨੂੰ ਬਚਾ ਲਿਆ ਜਾਂ ਇੱਕ ਮਾਂ ਨੂੰ ਬਚਾ ਲਿਆ, ਉਸ ਧੀ ਦੇ ਹਜ਼ਾਰਾਂ ਪਾਪ ਟੱਗੇ ਜਾਣਗੇ। ਮੈਂ ਵਾਅਦੇ ਨਾਲ ਕਹਿੰਦਾ ਹਾਲੇਲੂਇਆ। ਹਾਲੇਲੂਇਆ। ਇੱਕ ਰੂਹ ਨੂੰ ਬਚਾਉਣ ਦੀ ਗੱਲ ਹੈ। ਕਰਕੇ ਮੇਰੇ ਭੈਣ ਤੇ ਭਰਾਓ ਅਧਿਕਾਰ ਦਿੱਤਾ ਆ, ਅੱਜ ਤੋਂ ਬਾਅਦ ਕੋਈ ਵੀ ਤੁਹਾਨੂੰ ਪ੍ਰਚਾਰ ਕਰੇ, ਕੋਈ ਵੀ ਕਹੇ ਔਰਤ ਪ੍ਰਚਾਰ ਨਹੀਂ ਕਰ ਸਕਦੀ, ਤੁਸੀਂ ਇਹ ਜਿਹੜੇ ਤੁਹਾਨੂੰ ਮੈਂ ਬਚਨ ਦਿੱਤੇ ਹੈ ਬਚਨ ਦੱਸ ਸਕਦੇ ਜੀ ਉਹਨਾਂ ਨੂੰ, ਕਿਉਂ ਨਹੀਂ ਕਰ ਸਕਦੇ? ਸੰਤ ਬਲੂਦ ਦੇ ਪ੍ਰਚਾਰ ਨੂੰ ਕਹਿੰਦੇ ਨਾ, ਸੰਤ ਬਲੂਦ ਦੀ ਪੱਤਰੀ ਦੇ ਵਿੱਚੋਂ ਇਹ ਐਤ ਬਣਾ ਦਿਓ ਕਿ ਇੱਥੇ ਕਿਉਂ ਲਿਖ ਦਿੱਤਾ, ਕਿਉਂਕਿ ਪਰਮੇਸ਼ੁਰ ਨੇ ਹਰ ਇੱਕ ਨੂੰ ਇੱਕੋ ਜਿਹਾ ਹੀ ਪ੍ਰੇਮ ਕੀਤਾ। ਅੱਜ ਔਰਤਾਂ ਜਾਰੀਆਂ ਪਰਮੇਸ਼ੁਰ ਦੇ ਵਿੱਚ ਬਣ ਰਹੀਆਂ ਨੇ, ਤੁਸੀਂ ਕਿਤੇ ਵੀ ਜਾਂਦੀ ਇੱਥੇ ਵੀ ਗਿਣਤੀ ਨਹੀਂ, ਕਿਸੇ ਵੀ ਵੱਡੀਆਂ ਕਨਵੈਨਸ਼ਨਾਂ ਤੇ ਜਾ ਕੇ ਦੇਖੋ, ਔਰਤਾਂ ਦੀ ਗਿਣਤੀ ਹੋਏਗੀ ਵੱਧ ਹੋਵੇਗੀ, ਦਾਨ ਪਾਉਣ ਦੇ ਵਿੱਚ ਔਰਤਾਂ ਅੱਗੇ ਹੋਣਗੀਆਂ। ਹਾਲੇਲੂਇਆ। ਸੇਵਾ ਕਰਨ ਦੇ ਵਿੱਚ ਅੱਗੇ ਹੋਣਗੀਆਂ, ਪ੍ਰਾਰਥਨਾ ਕਰਨ ਦੇ ਵਿੱਚ ਅੱਗੇ ਹੋਣਗੀਆਂ। ਹੁਣ ਜੇ ਪ੍ਰੇਅ ਚੱਲਦੀ ਹੈ ਨਾ ਸ਼ਨੀਵਾਰ ਦੀ, ਤੇ ਭੈਣਾਂ ਦੀ ਪ੍ਰੇਅ ਜਾਰੀ ਆ, ਮੁੰਡਿਆਂ ਦੀ ਪ੍ਰੇਅ ਘੱਟ ਗਈ ਆ, ਕਿਉਂਕਿ ਔਰਤਾਂ ਜਿਹੜੀਆਂ ਅੱਗੇ ਹੁੰਦੀਆਂ। ਹਾਲੇਲੂਇਆ। ਇਸ ਲਈ ਪਰਮੇਸ਼ੁਰ ਕਿਸੇ ਨੂੰ ਮਨਾ ਨਹੀਂ ਕਰਦਾ ਪ੍ਰਚਾਰ ਕਰਨ ਨੂੰ, ਵਫਾਦਾਰੀ ਨਾਲ ਮੇਰਾ ਕੰਮ ਕਰੋ, ਵਫਾਦਾਰੀ ਨਾਲ ਇਸ ਡਿਊਟੀ ਨੂੰ ਨਿਭਾਓ, ਤਾਂ ਪਰਮੇਸ਼ੁਰ ਉਹਨਾਂ ਨੂੰ ਬਰਕਤ ਦੇਵੇਗਾ। ਹਾਲੇਲੂਇਆ। ਦੇਖੋ ਪਰਮੇਸ਼ੁਰ ਦਾ ਵਚਨ ਪੜ੍ਹੇ ਜਾਣ 'ਤੇ ਆਸ਼ੀਰਵਾਦ।